ਲਓ ਜੀ, ਗਾਈਆਂ ਵਾਲਿਆਂ ਨੇ ਵੀ ਭਿਸ਼ਾਂ ਦਾ ਰੁੱਖ ਕਰ ਲਿਆ ਸਾਡੇ ਇਲਾਕੇ ਛੱਡ ਕੇ। ਸਾਡੇ ਇਲਾਕੇ ਦੇ ਵੀ ਜਿਹੜੇ ਗਾਈਆਂ ਵਾਲੇ ਨੇ ਉਹ ਵੀ ਇੱਥੋਂ ਨਿਕਲ ਗਏ ਨੇ, ਹੁਣ ਉਹ ਵੀ ਸਾਡਾ ਇਲਾਕਾ ਛੱਡ ਛੱਡ ਜਾ ਰਹੇ ਨੇ, ਕਿਉਂਕਿ ਹੁਣੇ ਜਾਣਗੇ ਅਠਾੜ ਵਾਲੀ ਸਾਈਡ 'ਤੇ। ਅਠਾੜ ਵਾਲੀ ਸਾਈਡ 'ਤੇ ਜਿਹੜੀ ਗੰਦਮ ਦੀ ਕਟਾਈ ਸ਼ੁਰੂ ਹੋਣ ਵਾਲੀ ਹੈ ਦਰਿਆ ਸੁਤਲੇਜ ਤੋਂ ਪਾਰ, ਹੁਣ ਉੱਧਰ ਜਾਂਦੇ ਪਏ ਨੇ, ਕਿਉਂਕਿ ਸਾਡੇ ਇਲਾਕੇ ਜਿਹੜੇ ਨੇ ਵਿਹਲ ਹੋ ਗਏ ਨੇ, ਹੁਣ ਸਾਰੇ ਦੇ ਸਾਰੇ ਉੱਥੇ ਜਾਣਗੇ। ਫਿਰ ਉੱਧਰ ਮਕਈ ਦਾ ਕੰਮ ਸ਼ੁਰੂ ਹੋ ਜਾਏਗਾ, ਦਾਈਆਂ ਦਾ ਕੰਮ ਸ਼ੁਰੂ ਹੋ ਜਾਏਗਾ, ਉੱਥੇ ਰੋਜ਼ੀ ਜਿਹੜੀ ਨਾ ਆਮ ਲੱਗ ਜਾਂਦੀ ਹੈਗੀ। ਖਾਸ ਕਰ ਗਾਈਆਂ ਵਾਸਤੇ, ਜਾਨਵਰਾਂ ਨੂੰ ਨਾ ਬੜੀ ਸਹੂਲਤ ਹੁੰਦੀ ਹੈ, ਬੋਰ ਚਲਦੇ ਹੁੰਦੇ ਨੇ, ਪਾਣੀ ਠੰਡਾ ਹੁੰਦਾ, ਜਿੱਥੇ ਮਰਦੀ ਖਾਲੇ ਦੇ ਪਾਣੀ ਪਿਲਾ ਲਓ। ਇਸ ਵਾਸਤੇ ਹੁਣ ਸਾਡਾ ਇਲਾਕਾ ਵੇਲ ਕਰੀ ਜਾਂਦੇ ਹੈ। ਲਓ ਜੀ, ਸਾਡੇ ਇਲਾਕੇ ਦੀਆਂ ਵੀ ਰੌਣਕਾਂ ਖਤਮ ਹੋਈਆਂ, ਕਿਉਂਕਿ ਸਾਡੇ ਇਲਾਕੇ ਤੋਂ ਜਿਹੜੇ ਗਾਈਆਂ ਵਾਲੇ ਆਏ ਹੋਏ ਸਨ ਸਾਰੇ ਹੁਣ ਕੁਛ ਕਰ ਗਏ ਨੇ, ਆਪਣੇ ਆਪਣੇ ਇਲਾਕੇ ਨੂੰ ਚਲੇ ਗਏ। ਗੰਦਮ ਖਤਮ ਹੋਈ, ਮੁਰਸ਼ਦ ਮੇਰਾ ਇਲਾਕਾ ਖਾਲੀ ਹੋ ਗਿਆ, ਹੁਣ ਸਾਰੇ ਦਰਿਆ ਸੁਤਲੁਜ ਪਾਰ ਜਾਣਗੇ ਅਤੇ ਉੱਥੇ ਜਾ ਕੇ ਆਪਣੇ ਡੇਰੇ ਲਾਣਗੇ, ਕੁੱਦਗੇ ਅਠਾੜ ਦੇ ਵਿੱਚ। ਅਜੇ ਗੰਦਮ ਜਿਹੜੀ ਹੈ ਉਹ ਬਕਾਇਆ ਜਾਤ ਹੈਗੀ, ਕਟਾਈ ਦਾ ਅਮਲ ਅਜੇ ਜਾਰੀ ਹੈਗਾ, ਹੁਣ ਇਸ ਵਾਸਤੇ ਸਾਰੇ ਉੱਧਰ ਚਲੇ।